ਬਾਅਦ ਕਾ ਡਾਕਟਰ ਜਿਹੜੇ ਨਾ ਪੈਸਾ ਲੈਣ ਦੀ ਖਾਤਰ ਇਹ ਕਰਦੇ ਨੇ ਵੀ ਇਹ ਮੈਨੂੰ ਬਿਮਾਰੀ ਹੋ ਗਈ ਇਹ ਹੋ ਗਈ ਇਹ ਹੋ ਗਈ ਮੈਂ ਨਾ ਗਰੰਟੀ ਨਾਲ ਇਹ ਗੱਲ ਕਰਨਾ ਡਾਕਟਰ ਇੱਕ ਮੈਂ ਡਾਕਟਰ ਬਣ ਲਵੇ ਇੱਕ ਮੈਂ ਮੇਰੇ ਕੋ ਬਣ ਦਿਓ ਡਾਕਟਰ ਆਪਣਾ ਦੇਖਭਾਲ ਕਰੇ ਮੈਂ ਆਪਣੀ ਦੇਖਭਾਲ ਕਰਨਾ ਮੇਰੇ ਨਾਲ ਮੈਂ ਦਾ ਦੁੱਧ ਵਧਾ ਜਾਵੇ ਮੈਂ ਮੇਰੇ ਨਾਲ ਮੋਟੀ ਜ਼ਿਆਦਾ ਕਰ ਜਾਵੇ ਤੇ ਮੈਂ ਉਹਨੂੰ ਫ੍ਰੀ ਦੇ ਛੱਡਾਂਗਾ ਮੈਂ ਗਰੰਟੀ ਨਾਲ ਲਿਖ ਕੇ ਗੱਲ ਕਰਨਾ ਪਰਮਾਨੈਂਟ ਗੱਲ ਕਰਨਾ ਇਹ ਡਾਕਟਰ ਪੈਸੇ ਬਣਾਉਣ ਦੀ ਖਾਤਰ ਡਾਕਟਰ ਆਉਂਦੇ ਨੇ ਵੀ ਆ ਮੈਂ ਇਹਨੂੰ ਇਹ ਟੀਕਾ ਲਾਓ ਇੰਝ ਕਰੇਗੀ ਇਹ ਟੀਕਾ ਲਾਓ ਇੰਝ ਕਰੇਗੀ ਬਿਲਕੁਲ ਝੂਠ ਚ ਇਹ ਸਾਡੇ ਉਹਨੇ ਕਿਹਾ ਵੀ ਨਾ ਉਹਨੇ ਕਿਹਾ ਵੀ ਕੰਮ ਆਇਆ ਜੇ ਤੇ ਨਾ ਮੈਂ ਗਰੰਟੀ ਨਾਲ ਇਹ ਗੱਲ ਕਰਨਾ ਵੀ ਡਾਕਟਰ ਇੱਕ ਮੈਂ ਡਾਕਟਰ ਬਣੇ ਇੱਕ ਮੈਂ ਬੰਨਾ ਡਾਕਟਰ ਮੈਨੂੰ ਦੁੱਧ ਜ਼ਿਆਦਾ ਚੋ ਜਾਵੇ ਡਾਕਟਰ ਮੈਨੂੰ ਮੋਟੀ ਜ਼ਿਆਦਾ ਕਰ ਜਾਵੇ ਡਾਕਟਰ ਦੀ ਮੈਂ ਉਹਨੇ ਕਿਹਾ ਮੇਰੀ ਮੈਂ ਬਿਮਾਰੀ ਪੈ ਜਾਵੇ ਮੈਂ ਫ੍ਰੀ ਦੇ ਛੱਡਾਂ ਕਿਆ ਬਾਤ ਕਿਆ ਬਾਤ ਤੇ ਡਾਕਟਰ ਜਿਹੜਾ ਸਾਰੇ ਡਾਕਟਰ ਨਹੀਂ ਐਂਡ ਕਰਦੇ ਕੁਛ ਵਿੱਚ ਕਰਦੇ ਕੁਛ ਨਹੀਂ ਜ਼ਿਆਦਾ 100% ਉਹਨੇ ਕਿਹਾ ਪੈਸੇ ਲੈਣ ਦੀ ਖਾਤਰ ਉਹਨੇ ਕਿਹਾ ਵੀ ਜਾਨਵਰਾਂ ਤੇ ਜ਼ੁਲਮ ਕਰਦੇ ਟੀਕਾ ਫਲਾਣਾ ਲਾਓ ਫਲਾਣਾ ਟੀਕਾ ਲਾਓ ਫਲਾਣੀ ਦਵਾਈ ਲਿਆਓ ਫਲਾਣੀ ਲਿਆਓ ਇਹ ਅਕਸਰ ਡਾਕਟਰ ਮੈਂ ਵੇਖੇ ਨੇ ਮੇਰੇ ਤੇ ਮੈਂ ਤੇ ਐਡਾ ਇੱਕ ਸੀ ਜਦੋਂ ਦਾ ਉਹਨੇ ਕਿਹਾ ਵੀ ਇਸ ਕੰਮ ਦੇ ਵਿੱਚ ਵੜਿਆ ਮੇਰਾ ਖਿਆਲ ਹੈ ਵੀ ਸਾਨੂੰ ਤੇ ਗੁੜਤੀ ਇਸ ਮੱਝਾਂ ਦੀ ਪਈ ਹੈ ਜਦੋਂ ਮੈਂ ਜੰਮਿਆ ਸੀ ਉਦੋਂ ਮੇਰੇ ਪਿਓ ਨੇ ਉਹਨੇ ਕਿਹਾ ਲਿਆ ਕੇ ਮੈਂ ਦੁੱਧ ਮੇਰੇ ਮੂੰਹ 'ਚ ਪਾਇਆ ਸੀ ਕਿਆ ਬਾਤ ਅਸੀਂ ਕਿਉਂ ਉਹਨੇ ਕਿਹਾ ਵੀ ਆਖੀਏ ਵੀ ਇਹ ਡੰਗਰ ਜਿਹੜੇ ਨੇ ਨੁਕਸਾਨ ਕਰਦੇ ਨੇ ਇਹ ਫਾਇਦਾ ਹੀ ਫਾਇਦਾ ਜਿੰਨਾ ਫਾਇਦਾ ਇਹ ਜਿੰਨਾ ਫਾਇਦਾ ਇਸ ਡੰਗਰ ਵਿੱਚ ਉਹਨਾਂ ਕਿਸੇ ਕਾਰੋਬਾਰ ਵਿੱਚ ਨਹੀਂ ਅਸਲਾਮ ਅਲੈਕੁਮ ਜੀ ਵਾਲੇਕੁਮ ਸਲਾਮ ਜੀ ਯੂਸਫ ਭਾਈ ਕੀ ਹਾਲ ਹੈ ਅਲਹਮਦੁਲਿਲਾ ਭਾਜੀ ਸ਼ੁਕਰ ਯੂਸਫ ਭਾਈ ਤੁਹਾਡਾ ਉਹ ਕਾੜੇ ਨਾਲ ਤਾਲੁਕ ਹੈ ਜੀ ਤੇ ਸਾਨੂੰ ਇਹਦਾ ਦੱਸੋ ਕਿ ਜਦੋਂ ਉਹ ਕਾੜੇ ਵਾਲੀ ਸਾਈਡ ਤੋਂ ਅਸੀਂ ਮੱਝਾਂ ਲੈ ਕੇ ਆਨੇ ਆਦਰ ਸਿਆਲਕੋਟ ਵਾਲੀ ਸਾਈਡ ਤੇ ਗੁਜਰਾਂਵਾਲਾ ਵਜ਼ੀਰਾਬਾਦ ਜਿਹੜਾ ਵੀ ਇਲਾਕਾ ਹੈ ਸਾਡਾ ਜੀ ਤੇ ਮੱਝਾਂ ਨੂੰ ਅਕਸਰ ਪਾਣੀ ਲਾਗ ਦਾ ਮਸਲਾ ਹੋ ਜਾਂਦਾ ਜੀ ਉਹ ਫਿਰ ਕੀ ਕਰੀਏ ਉਹਨਾਂ ਨੂੰ ਜੀ ਮਿਰਚਾਂ ਦੇਣੀਆਂ ਚਾਹੀਦੀਆਂ ਦੜਾ ਦੜਾ ਮਿਰਚ ਲਾ ਲਓ ਜਿਹੜੀ ਉਹਨੇ ਕਿਹਾ ਵੀ ਜੇ ਸੱਜਰਮੈਂ ਹੈ ਤੇ ਉਹਨੂੰ ਪਾਣੀ ਚ ਰਲਾਓ ਤੇ ਜੇ ਮੈਂ 2-4 ਮਹੀਨੇ ਸੂਈਏ ਤੇ ਉਹਨੂੰ ਤੇਲ ਚ ਰਲਾਓ ਉਹਦੇ ਬਿਲਕੁਲ ਬਾਦੀ ਨੇੜੇ ਨਹੀਂ ਆਵੇਗੀ ਅੱਛਾ ਫਿਰ ਗੰਡੇ ਦਾ ਮਿਰਚਾਂ ਦਾ ਅਦਰਕ ਦਾ ਇਸ ਚੀਜ਼ ਦਾ ਤੁਸੀਂ ਉਹਨੇ ਕਿਹਾ ਵੀ ਉਹਨੂੰ 8 ਦਿਨਾਂ ਦਿੱਤੀ ਰੱਖੋ ਬਿਮਾਰੀ ਅੱਲਾ ਦੇ ਹੁਕਮ ਦੇ ਨਾ ਮੈਂ ਇਹਦੇ ਨੇੜੇ ਨਹੀਂ ਆਈ ਕਿਆ ਬਾਤ ਠੀਕ ਨਾ ਮੈਂ ਇਹਨੂੰ ਜ਼ਹਿਰ ਬਾਦ ਹੋਏਗਾ ਨਾ ਮੈਂ ਇਹਨੂੰ ਪਾਣੀ ਲੱਗੇਗਾ ਨਾ ਕੋਈ ਕਿਸੇ ਕਿਸਮ ਦਾ ਨਾ ਮੈਂ ਇਹਨੂੰ ਠੰਡ ਦੇ ਵਿੱਚ ਵਲ ਪਾਏਗਾ ਬਿਲਕੁਲ ਉਹਨੇ ਕਿਹਾ ਵੀ ਉਹਨੂੰ ਮਸਾਲਾ ਤੁਸੀਂ ਜਦੋਂ ਮੈਂ ਇਹਨੂੰ ਬਿਮਾਰੀ ਉਦੋਂ ਸ਼ੁਰੂ ਹੁੰਦੀ ਜੇ ਜਦੋਂ ਤੁਸੀਂ ਉਹਦਾ ਧਿਆਨ ਨਹੀਂ ਕਰਦੇ ਜੇ ਮਸਾਲਾ ਨਹੀਂ ਦਿੰਦੇ ਜੇ ਉਸ ਤੋਂ ਬਾਅਦ ਮੈਂ ਇਹਨੂੰ ਬਿਮਾਰੀ ਥੋੜੀ ਥੋੜੀ ਸ਼ੁਰੂ ਹੋ ਗਈ ਤੁਸੀਂ ਦੱਸ ਦਿਓ ਕਿ ਹਫ਼ਤੇ ਬਾਅਦ ਨੂੰ ਕਮ ਅਜ਼ ਕਮ ਮਸਾਲਾ ਦੇਣਾ ਚਾਹੀਦਾ ਜੀ ਲਾਜ਼ਮ ਦੇਣਾ ਉਹ ਜਿਹੜਾ ਹਫ਼ਤੇ ਬਾਅਦ ਮਸਾਲਾ ਦੇਣਾ ਉਹ ਚ ਕੀ ਸ਼ਾਮਿਲ ਕਰੀਏ ਉਹਦੇ ਜੀ ਗੰਡਾ ਸ਼ਾਮਿਲ ਕਰੋ ਠੀਕ ਹਰੀਆਂ ਮਿਰਚਾਂ ਸ਼ਾਮਿਲ ਕਰੋ ਠੀਕ ਅਦਰਕ ਸ਼ਾਮਿਲ ਕਰੋ ਸਹੀ ਜੇ ਹੋ ਸਕਦਾ ਹੈ ਤੇ ਜੀਰੀ ਸ਼ਾਮਿਲ ਕਰੋ ਸੱਜਰ ਮੈਂ ਤੇ ਕਾਲੀਆਂ ਮਿਰਚਾਂ ਨਾਲ ਸ਼ਾਮਿਲ ਕਰੋ ਮੋਟੀਆਂ ਠੀਕ ਹੈ ਉਸ ਤੋਂ ਬਾਅਦ ਤੁਸੀਂ ਜਨਾਬ ਇਹ ਚੀਜ਼ਾਂ ਦੇ ਦਾਦਰ ਮਿਰਚ ਜੀ ਦਾਦਰ ਮਿਰਚ ਤੇ ਅੱਛਾ ਇਹ ਵੀ ਸਾਨੂੰ ਸਾਡੇ ਨਾਜ਼ਰੀ ਨੂੰ ਦੱਸ ਦਿਓ ਜੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਗਨਵਾਈਆਂ ਨੇ ਇਹ ਕਿੰਨੀਆਂ ਕਿੰਨੀਆਂ ਪਾ ਲਈਏ ਇਹ ਤੁਸੀਂ ਇੰਜ ਕਰਨਾ ਵੀ ਇੱਕ ਮੈਂ ਇਹਨੂੰ ਇੱਕ ਇੱਕ ਪਾਈਆ ਕਰ ਲੈਣਾ ਸਾਰੀਆਂ ਆਈਟਮਾਂ ਦਾ ਜਿਹੜੀ ਮਿਰਚ ਦੜਾ ਹੈ ਨਾ ਉਹ ਥੋੜੀ ਪਾਉਣੀ ਹੈ ਅੱਛਾ ਇਸ ਚੀਜ਼ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਦੱਸਣ ਦਿਆਂ ਨਾ ਵੀ 8 ਦਿਨਾਂ 'ਚ ਮਸਾਲਾ ਦੇਣਾ ਉਹਦੇ 'ਚ ਬਿਲਕੁਲ ਦੜਾ ਮਿਰਚ ਆਉਣੀ ਨਹੀਂ ਚਾਹੀਦੀ ਉਹਦੇ 'ਚ ਹਰੀ ਮਿਰਚ ਆਉਣੀ ਚਾਹੀਦੀ ਦੜਾ ਮਿਰਚ ਤੁਸੀਂ ਦਾਦਰ ਮਿਰਚ ਨੂੰ ਕਹਿੰਦੇ ਹੋ ਦਾਦਰ ਮਿਰਚ ਨੂੰ ਠੀਕ ਹੋ ਗਿਆ ਉਹ ਉਦੋਂ ਦੇਣੀ ਚਾਹੀਦੀ ਹੈ ਜਦੋਂ ਮੈਂ ਇਹਦਾ ਉਹਨੇ ਕਿਹਾ ਵੀ ਥਣ ਖਰਾਬ ਹੋਵੇ ਜਾਂ ਮੈਂ ਇਹਨੂੰ ਕੋਈ ਓਵਰ ਟਾਈਮ ਤੋਂ ਮਸਲੇ ਕਿ ਕੋਈ 2-3 ਮਹੀਨੇ ਤੋਂ ਟੱਪ ਗਈ ਹੈ ਮੈਂ ਦਾਦਰ ਮਿਰਚ ਉਦੋਂ ਦੇਣੀ ਹੈ ਪਹਿਲਾਂ ਤੁਸੀਂ ਹਰੀ ਮਿਰਚ ਦਾ ਰੱਖਣਾ ਹੈ ਜਿਹੜਾ 8 ਦਿਨਾਂ 'ਚ ਦੇਣਾ ਮਸਾਲਾ ਉਹ ਹਰੀ ਮਿਰਚ ਹੋਣੀ ਚਾਹੀਦੀ ਤੁਹਾਡੀ ਅਦਰਕ ਲਾਉਣੀ ਚਾਹੀਦੀ ਹੈ ਪਿਆਜ਼ ਹੋਣਾ ਚਾਹੀਦਾ ਵਿੱਚ ਹੋ ਸਕਦਾ ਤਾਂ ਮੋਟੀਆਂ ਮਿਰਚਾਂ ਪਾ ਲਓ ਇਹ ਜਿਹੜੀਆਂ ਆਪਾਂ ਡੇਗਾਂ 'ਚ ਪਾਉਂਦੇ ਹਾਂ ਉਹਦੇ ਨਾਲ ਮੈਂ ਬਾਦੀ ਬੁੱਧੀ ਜਿਹੜੀ ਨਾ ਉਹ ਖਤਮ ਕਰ ਦੇਗੀ ਮੈਂ ਉਹਦੇ ਨਾਲ ਪੂਰਾ ਰੱਜ ਕੇ ਪੱਠਾ ਖਾਏਗੀ ਜਦੋਂ ਮੈਂ ਰੱਜ ਕੇ ਪੱਠਾ ਖਾਏਗੀ ਜਿੱਥੇ ਉਹਨੇ 2 ਸਿਰ ਦੇਣਾ ਉੱਥੇ ਮੈਂ ਉਹ 4 ਸਿਰ ਦੁੱਧ ਦੇਵੇਗੀ ਸਹੀ ਹੋ ਗਿਆ ਜੀ ਯਾਨੀ ਉਹ ਪੱਠੇ ਦੇ ਦਾ ਖਰਚਾ ਪੂਰਾ ਕਰੇਗੀ ਔਰ ਨਾਲ ਮਾਲਕ ਨੂੰ ਵੀ ਕਮਾ ਕੇ ਦੇਵੇਗੀ ਜੀ ਕਮਾ ਕੇ ਦੇਵੇਗੀ ਤੁਹਾਨੂੰ ਦੱਸਿਆ ਵੀ 2 ਹਿੱਸੇ ਉਹਨੇ ਕਿਹਾ ਜੇ ਪੂਰਾ ਬੰਦਾ ਹੋਵੇ ਤੇ 2 ਹਿੱਸੇ ਬਚੇਗਾ ਤੇ ਜੇ ਪੂਰਾ ਧਿਆਨ ਨਹੀਂ ਕਰੇਗਾ ਤੇ ਫੇਰ 1 ਹਿੱਸਾ ਬਚੇਗਾ ਅੱਧ ਬਚੇਗਾ ਤੇ ਅੱਧ ਖਾਵੇਗੀ ਕਿਆ ਬਾਤ ਹੈ ਯਾਨੀ ਅਗਰ ਬੰਦੇ ਦਾ ਪੁੱਤਰ ਹੋਏ ਤੇ ਫਿਰ 2 ਹਿੱਸੇ ਤੇ ਜੇ 2 ਹਿੱਸੇ ਬੰਦੇ ਦੇ ਤੇ 1 ਹਿੱਸਾ ਸਮਝਦਾ ਤੇ ਜੇ ਉਹਦੀ ਸੇਵਾ ਨਾ ਕੀਤੀ ਜਾਏ ਤੇ ਫੇਰ ਤੁਸੀਂ ਅੱਧ ਵੱਧ ਇਹ ਹੋ ਸਕਦਾ ਵੀ ਤੁਸੀਂ ਜਿਹੜੇ ਕੋਲੋਂ ਲਾਏ ਨੇ ਇਹ ਵੀ ਤੁਹਾਡੇ ਜਾਂਦੇ ਰਹਿਣ ਠੀਕ ਯਾਨੀ ਇਹ ਸੇਵਾ ਦੇ ਸਿਰ ਤੇ ਮੇਵਾ ਜੀ ਜਿੰਨੀ ਸੇਵਾ ਕਰੋਗੇ ਉਹਨਾਂ ਅੱਲਾ ਪਾਕ ਮੇਵਾ ਦੇਵੇਗਾ ਠੀਕ ਹੋ ਗਿਆ ਗਰਮੀ ਹੈ ਤੇ ਤੁਸੀਂ ਉਹਦਾ ਪਾਣੀ ਦਾ ਨਵਾਉਣ ਦਾ ਦੇਖਭਾਲ ਇਹਦੀ ਵੀ ਤੁਸੀਂ ਪੂਰੀ ਤਰ੍ਹਾਂ ਅੱਛਾ ਅੱਜ ਕੱਲ੍ਹ ਹੁਣ ਸਰਦੀ ਦਾ ਮੌਸਮ ਹੈ ਤੇ ਜਾਂਦੀ ਸਰਦੀ ਬੜੀ ਲੱਗਦੀ ਹੈ ਜੀ ਕਹਿੰਦੇ ਨੇ ਆਉਂਦੀ ਸਰਦੀ ਕੋਲ ਤੇ ਜਾਂਦੀ ਸਰਦੀ ਕੋਲ ਬਚਣਾ ਚਾਹੀਦਾ ਜੀ ਤੇ ਜਾਨਵਰਾਂ ਨਾਲ ਵੀ ਇਹੀ ਸਿਸਟਮ ਹੈ ਬਿਲਕੁਲ ਇਹ ਸਿਸਟਮ ਹੈ ਜਾਨਵਰ ਵੀ ਇੱਕ ਜਾਨਦਾਰ ਚੀਜ਼ ਹੈ ਜੀ ਜੀ ਬਿਲਕੁਲ ਬਿਲਕੁਲ ਇਹ ਜਾਨਵਰ ਇਹ ਵੀ ਇਹਨੂੰ ਠੰਡ ਵੀ ਲੱਗਦੀ ਹੈ ਗਰਮੀ ਵੀ ਲੱਗਦੀ ਹੈ ਸਰਦੀ ਵੀ ਲੱਗਦੀ ਹੈ ਇਹਦਾ ਪੂਰਾ ਧਿਆਨ ਕਰਨਾ ਪੈਂਦਾ ਠੀਕ ਹੋ ਗਿਆ ਤੇ ਹੁਣ ਇਹ ਸਰਦੀ ਤੋਂ ਜਾਂਦੀ ਸਰਦੀ ਤੋਂ ਜਾਂ ਫਿਰ ਜਿਹੜੀ ਸਰਦੀ ਪੈ ਰਹੀ ਹੈ ਤੋਂ ਨਸ਼ੁੰਦਾ ਨਹੀਂ ਆਉਂ ਜਿਹੜਾ ਕੋ ਮੌਸਮ ਠੰਡਾ ਹੈ ਠੰਡੀ ਵਾਏ ਜੀ ਇਹਦੇ ਤੋਂ ਬਚਾਉਣ ਲਈ ਕੀ ਕਰੀਏ ਜਾਨਵਰ ਇਹਦੇ ਵਾਸਤੇ ਗੁੜ ਤੁਸੀਂ ਲਾਜ਼ਮਨ ਇਸਤੇਮਾਲ ਕਰੋ ਅੱਛਾ ਮੈਂ ਗੁੜ ਦਿਓ ਗੁੜ ਦੇ ਵਿੱਚ ਗੰਢੇ ਥੋੜੇ ਜਿਹੇ ਪਾ ਲਓ
थोड़िया जी मिर्चा ले लेनी ताकि मैं मैदा जरा खुला रवे मैं मैदा पूरा सैट हो गए सही है दी रखो अल्लाह के हुक्म क्या ठीक है मजा सर्दी दे विच पानी घट पींदियां ने या जिन्ना उन्हां चाहिदा हुंदा उन्नियां पी लैंदियां नहीं जी घट पींदियां ते उहदा फिर घट पीण दा कोई नुकसान भी है नहीं जी घट पीण दा नुकसान कोई नहीं अच्छा जे मसाला दोगे ते पूरा फायदा पूरा मैं पानी भी पीवेगी ते जे मसाला नहीं दोगे ते मैं बिलकुल घट पानी पीवेगी ठीक हो गया पीवेगी एवं दो घुट लावेगी टुर जावेगी दो घुट लावेगी जे तुसीं पूरा डंगर नूं ताड़िया होया ते ओह अल्लाह दे हुक्म दे नाल पानी भी रज के पीवेगा पठे भी रज के खावेगा वंड भी रज के खावेगा ते जदों वेखोगे तुसी आओगे तुहानू हुसन चढ़ेगा मैं दे उत्ते खड़िया नू यार माशाल्लाह मैं साडी उहने कहा भी इना दुध भी दे रही है ते फिर इन्नी सौखी होई जा रही ठीक हो गया अच्छा एक होर बड़ा अहम मसला जे जी के अजकल लोग पराली पांदे ने सर्दी च जी पराली जिहड़ी है उहदे उहनू बड़ी जल्दी जदों त्रेल पैंदी है या बदल पैंदा ते विचों काली हो जांदी है उल्ली लग जांदी है जी हुण एक एक तीला फोल फोल के ते पाण तों बंदा रहा नहीं जी जो लोग इंजी सुट छे जानवर के या कुतर के बाद सीधी सुट छे गंदी पराली खा के जानवर जो बीमार हो जाते ने लगातार पानी भी पैंदी है और जाहिर बीमार भी होंगे फिर की हल करिए हल जे मरच दड़ा अच्छा यानी दादड़ मरच ठीक है ये हल जे ते फिर हल ती काम करना ही नहीं चाहिए जेड़ा ना जानवर ना ज्यादा होनी नहीं चाहिए यानी के जेड़ा बहुता खराब है वो वेख लिया जाए हाँ थोड़ा बहुत जेड़ा भी जेड़ा नहीं नजर च आंदा ओ है हाँ जी जेड़ा नहीं नजर च आंदा ओ दी खैर है लेकिन एदा ध्यान एवें ही करना है तुसी रोटी खांदे हो ते तुसी अपनी रोटी उन्हें कहा भी किड्डी ध्यान ना दे किड्डे शौक ना दे विच कख आ जावे तुसी चुक के परां रख दिंदे हो बिलकुल एक एक दाणा वेख के एक एक दाणा ए इस तरह ए भी जानवर है ए भी हर चीज मंगदा हर चीज सुनदा हर चीज वेखदा है दुध दे रहा है जानदार चीज है ए दा बहुत ध्यान करना पैंदा ध्यान करोगे ते उन्हें थानू सौ दी एक ही कीती है भी जिन्ना सेवा उन्ना मेवा ठीक हो गया जिन्ना पाओ उन्ना खाओ अच्छा यूसुफ भैया दसो के इस अलावा जो थाना का मिसाइल ने तुसी ते कह रहे कि बचपन तो ही दादा भी अपने परदादा भी उन्होंने नसल दर नसल तुसी आ रहे हो और जाहिर है वड्डियां कोल नुस्खे तो सीखे होंगे थण दे मिसाइल सब तो पहले दसो कि क्यों होंगे ने पे थण दे जी जदों डंगर नूं बादी हुंदी उदों थण दा मिसाइल हुंदा जी बादी नाल हुंदा जी पानी नहीं लग्या मैं नूं पानी लाग हुंदा जे ए भी बादी दा नुक्स है ठीक है जिन्नियां मैं नूं बीमारियां जे सारियां बादी तों शुरू हुंदियां जी चलो फिर बादी नूं पहले क्लियर करने आ बादी की चीज है बादी ए चीज है जिवें तुसीं दस्सण डए वी पराली पा दित्ती एदे विच उहने कहा वी गिल्ली वी है सुक्की वी है त्रेल वाली वी है बरी वी है साफ वी है डंगर खाएगा थानू दी महसूस होएगा डंगर ती अपना पेट भरना ही भरना बावे जो भी सुट दे उन्हें खा जाना उस दे नाल बीमारियां शुरू हो जाणगियां तूड़ी पाओगे ते तूड़ी दे विच तुसी नहीं देखना वी तूड़ी दे विच उन्हें कहा वी गंदी तूड़ी आ रही है चंगी आ रही है विच मिट्टी आ रही है इस चीज दा तुसां ध्यान नहीं करना मैं जो अंदर जानी है मैंने बिलकुल बीमार होना ठीक हो गया एदी इतिहास जरूरी है भी पहला साफ सुथरा पठा होना चाहिए ते साफ सुथरी तूड़ी होनी चाहिए थानू एदी मिसाल एवं जे भी जिवें सजाए बच्चे वाला साहब जी भी जिवें एक बच्चा नहीं आपां सजाया होवे आने भी ठंड लग गई इहनू ठंड लग गई ओ साहब जी इहदा डंगर नूं पूरा ध्यान दिओ ना ते करवाणियां रजा छड़दियां जी इह घाटा नहीं जी दिंदियां वाह क्या बात ते थण दा अगर मसला हो ही जांदा जी उहदा फिर की इलाज करीए उहदा इलाज दादी दा मतलब है जी अच्छा जिहड़ी साडे जद्दी पुश्ती तों रख के उहने कहा वी साडे वड्डे इस्तेमाल करदे आ रहे ने किस तरह दईए दादर मतलब किन्नी दईए जे तुसीं मैं ना सज्जर ते उहनूं अद पा दिओ सज्जर मैं नूं ते जे मैं तुहाडी 2 महीनिआं तों उत्ते नंगी होई है फिर ओनू तुसी पाइया दे लो तेल दे विच रला के दियो भी तेल दे विच पूरी गच कीती जावे तेल दे विच पूरी भरी जावे ताकि अंदर जावे अंदर साड़ ना पावे मैनू तकलीफ ना होवे ठीक हो गया है जे नुक्स जेड़ा साडे तो वड्डियां तो रख के तो उन्हें कहा आ रहा पर अलहमदुल्ला अलहमदुल्ला उस जात दा लख लख शुक्र है मेरे बाप ने व्यापार किया प्यो ने किया दादे ने किया परदादे ने किया यानी कि सत्तां नस्लां ही साडा काम आ रहा है ठीक है ते साडा एहो जिहा असीं इतिहास बिलकुल अपनी जिहड़ी पूरा है ना टाइम ही नहीं दिता मैं उन्हें कहा भी जी इन अल्लाह पाक उन्हें कहा भी रब वालों लै जाए तो पता नहीं लेकिन असा साडे को अल्लाह पाक का शुक्र है भी असा पूरा ध्यान दिता मैं मसाला भी टाइम दिता मैं वंड भी पूरा दिता मैं पठा भी पूरा दिता मैं तूड़ी भी पाई है तो भी बिलकुल उन्हें कहा भी देखभाल करके पूरी छान बीन करके किया अलहमदुल्ला एवं ही है भी जिम्मे एक व्यापार का साडे दिन आया काम
साड़ू पै गया मैं गाली ना की सारिया चीजा ओदो आ मैं जो मैं पूरा देखभाल नहीं करते जे मैं मसाला नहीं जो देंगे मैं उन्हें क्या भी पूरे टाइम ते उन्हें क्या भी पट्ठा नहीं लभना मैं गंदा पंदा जो भी चाया उन्हें क्या भी अगे सुट दिता या गंदा पानी पिला गंदा पानी पिलाना जो भी करो साफ सुथरा करो सोना करो मैं अल्लाह दे हुक्म दे नाल बीमारी नहीं पाएगी सही है बीमारी उदो ही पाएगी जो तुम आप मुंह पिछा फेरोगे उदो मैं बीमारी शुरू हो जाएगी अल्लाह की तरफ शुरू हो जाएगी ठीक हो गया जे तुम आप उत्ते चढ़ के रहोगे तो अल्लाह के हुक्म दे नाल मैं पूरी सत सत नस्ल चल जाए मैं अल्लाह दी लै जावे मैं तुसी वेखो अटैक हो जांदा कोई इलाज है वड्डे वड्डे डॉक्टर ने उन्हें कहा भी बावे उन्हें कहा भी जिड्डे भी वड्डे ने डॉक्टर ने लेकिन कुछ नहीं कर सकते मैं बीमारी उदो शुरू होंदी है जदों तुसी उहदा ध्यान नहीं करदे जदों तुसां ध्यान करना है अल्लाह दे हुक्म दे नाल बीमारी नेड़े भी नहीं आउणी जे कोई माड़ी मोटी आउणी भी है तो जिहड़ा तुसां 8 दिनां बाद मसाला देना उन्हें खत्म कर देना तीसरा हिस्सा खाएगी ठीक हो गया ते ऐ दसो कि अक्सर इन्हां नूं पेट च कीड़े पै जांदे ने जी उन्हूं असीं कहने आ कि हुण इन्हां दे अंदर जिहड़ा नज़ैर हो गया कीड़े पै गए ने या वाई बादी हो गई है इत्थों शुरू होंदा जी सारे मुढ़ दी जड़ दी तुहानूं काम दस्सिया जी अच्छा इस बादी तों काम शुरू होंदा जी ठीक हो गया एक जिवें बीमारी शुरू हो जांदी जे बादी ऐसी चीज है भी ये हर चीज ते थण ते गई कीड़ियां ते गई उन्हें कहा मैं नज़ैर बाद शुरू हो गया मैं सुकना शुरू हो गया मैं दुध घटना शुरू हो गया मैं थण घट गया ये सारिया जड़ा नी एदियां एक जिहड़ियां ना ये बादी दादड़ मर्चा करके बाकी मसाला जेड़ा है ना गंढे अगे भी दसिया गंढे मिर्चा अदरक मोटी इलाची जेड़ी है ये ना रखो गुफ्तगू उम्मीद है नाज़रीन नूं पसंद आएगी और किसे भाई दा भला आएगा नंबर क्यों अगर तुहाडा आए ते आखिर ते शेयर कर दो।